ਕਾਲਜਨ ਸਾਰਿਆਂ ਨੂੰ ਮੈਨੂੰ ਨਾਮ ਵਿਸ਼ਾਲ ਹੈ ਕੇਰਵਾਲਾ ਅਤੇ ਅੱਜ ਆਪਾਂ ਆਏ ਹਾਂ ਪਿੰਡ ਗਿੰਦਰਪੁਰ ਦੇ ਭਵਾਨ ਦੇ ਪਿੰਡ ਭੂਰਾ ਕੋਨਾ ਅਤੇ ਇੱਥੇ ਅੱਜ 8 ਕਲੱਬਾਂ ਦੇ ਮੈਚ ਹੋਣੇ ਆ ਅਤੇ ਤੁਹਾਨੂੰ ਹੁਣੇ ਆਪਾਂ ਕਿਹੜੇ ਕਿਹੜੇ ਇੱਥੇ ਪਲੇਅਰ ਆਏ ਆ ਅਤੇ ਥੋੜ੍ਹਾ ਜਿਹਾ ਦੂਜੀ ਟੀਮ ਵੱਲ ਵੀ ਜਾਵਾਂਗੇ ਅੱਜ ਅਰੇ ਵੀਰ ਕਿਹੜੀ ਟੀਮ ਵੱਲ ਖੇਡਣਾ ਅੱਜ ਕੋਟਪੁਰੇ ਵੱਲੋਂ ਠੀਕ ਆ ਤੌਰ 'ਤੇ ਸਤਿ ਸ਼੍ਰੀ ਅਕਾਲ ਭਵਾਨ ਜੀ ਕੀ ਹਾਲ ਜੀ ਹਾਂਜੀ ਵਧੀਆ ਠੀਕ ਆ ਅਤੇ ਭਵਾਨ ਜੀ ਅੱਜ ਕਿਹਦੀ ਟੀਮ ਵੱਲ ਆਏ ਜੀ ਠੀਕ ਆ ਟੀਮ ਦਾ ਭਵਾਨ ਜੀ ਨਾਮ ਦੱਸਿਓ ਰਾਜੋ ਕੇ ਠੀਕ ਆ ਠੀਕ ਆ ਇਹ ਗੱਲ ਵਧੀਆ ਨਾਲ ਹਾਂਜੀ ਵਧੀਆ ਇਹ ਦੋ ਭਲਵਾਨ ਆਪਣੇ ਆ ਬੈਠੇ ਆ ਸਤਿ ਸ਼੍ਰੀ ਅਕਾਲ ਭਲਵਾਨ ਜੀ ਕੀ ਹਾਲ ਜੇ ਅੱਜ ਫਿਰ ਭਲਵਾਨ ਨਾਲ ਖੇਡੋਗੇ ਵਧੀਆ ਅਤੇ ਆਪਾਂ ਇਹ ਆ ਗੋਡੇ 'ਤੇ ਠੀਕ ਆ ਅਤੇ ਕਿੰਨੇ ਚਿਰ ਤੱਕ ਸਹੀ ਹੋ ਜੂਗੀ ਠੀਕ ਆ ਅਤੇ ਵੀਰ ਦੀ ਹੈਲਪ ਜ਼ਰੂਰ ਕਰਿਓ ਜਿਹੜੇ ਵੀਰ ਵਹਿੰਦੇ ਆ ਵਲੋਗ ਅਤੇ ਵੀਰ ਆਪਦਾ ਨਾਮ ਦੱਸ ਦੇ ਜੋਬਨ ਜੋਬਨ ਪਿੰਡ ਕਿਹੜਾ ਰਾਜੋਗੇ ਰਾਜੋਗੇ ਅਤੇ ਵੀਰ ਵਧੀਆ ਖੇਡਦਾ ਵਾ ਅਤੇ ਵੀਰ ਦੀ ਮਦਦ ਕਰਿਓ ਸਾਰੇ ਜਾਣੇ ਕੱਲ੍ਹ ਨੂੰ ਵੀਰ ਨਾਲੇ ਪਰੇਡ ਕਰਾਉਣ ਜਾਣਾ ਵਾ ਚੰਡੀਗੜ੍ਹ ਨਹੀਂ ਤਰੋੜਾ ਵੀਰ ਜਾਣਾ ਡੇਟਰ ਕੋਲ ਅਤੇ ਵੀਰ ਦੀ ਜੇ ਕੱਲ੍ਹ ਤੱਕ ਤੁਸੀਂ ਮਦਦ ਕਰ ਸਕਦੇ ਜੇ ਸ਼ਾਮਾਂ ਤੱਕ ਅਤੇ ਵੀਰੇ ਨੰਬਰ ਨੰਬਰ ਹੈਗਾ 793-1886 ਠੀਕ ਆ 793 1886 ਠੀਕ ਜੋਬਨ ਰਾਜੋਗੇ ਵਾਲਾ ਵੀਰ ਅਤੇ ਸਾਰੇ ਵੀਰ ਮਦਦ ਕਰਿਓ ਵਧੀਆ ਪਲੇਅਰ ਹਾਂਜੀ ਵਧੀਆ ਪਲੇਅਰ ਨਾਲੇ ਭਵਾਨ ਠੀਕ ਭਵਾਨ ਜੀ ਕੀ ਹਾਲ ਜੀ ਅਤੇ ਭਵਾਨ ਜੀ ਤੁਹਾਡੀ ਟੀਮ ਦਾ ਨਾਮ ਦੱਸਿਓ ਮਸਤਗੜ੍ਹ ਦੀ ਠੀਕ ਆ ਤੇ ਆਪਣੇ ਕਿਹੜੇ ਕਿਹੜੇ ਪਲੇਅਰ ਨਵੇਂ ਹੀ ਆ ਤੇ ਕਿੱਦਾਂ ਨਹੀਂ ਨਹੀਂ ਆਪਣੇ ਉਸਤਾਦ ਪਲੇਅਰ ਸਾਰੇ ਹੀ ਆ ਪੁਰਾਣੇ ਹੀ ਆ ਨਾਲ ਹਾਂਜੀ ਅੱਜ ਦੇ ਸੱਟ ਲੱਗੀ ਕਰਕੇ ਉਹ ਨਹੀਂ ਮਤਲਬ ਖੇਡਣ ਡਿਆ ਠੀਕ ਆ ਤੇ ਨਾਲ ਰੇਡਰ ਸਦੇ ਦੋ ਵਧੀਆ ਦੁੱਲਾ ਬੱਚੀ ਵੰਡੀਆਂ ਤੇ ਬਿੱਕਾ ਠੀਕ ਆ ਹਾਂਜੀ ਇਹ ਪਵੰਜਾ ਜੇ ਫਿਰ ਜਿੱਤੋਗੇ ਮਾਰਾਂਗੇ ਜੋਰ ਉਸਤਾਦ ਪੀਲੇਰੀ ਵੀ ਆਪਾਂ ਸੈਕਿੰਡ ਹੀ ਇਥੋਂ ਹਾਂਜੀ ਮਾਰਾਂਗੇ ਜੋਰ ਮਾਰੇ ਜ਼ਿਕਰ ਕਰਨਾ ਹਾਲ ਦੀ ਲੋ ਤੇ ਜਿੱਤਣੀ ਆਏ ਠੀਕ ਆ ਭਵਾਨ ਜੀ ਕੀ ਹਾਲ ਜੀ ਵਧੀਆ ਤੇ ਭਵਾਨ ਜੀ ਆਪਣਾ ਪਿੰਡ ਪਿੰਡ ਭਵਾਨ ਜੀ ਬੱਚੀ ਪਿੰਡ ਜੀ ਬੱਚੀ ਪਿੰਡ ਤਾਰੀ ਬਾਰਡਰ ਕੋਲ ਠੀਕ ਆ ਹੋਰ ਨਵੀਂ ਤਾਜੀ ਭਵਾਨ ਜੀ ਠੀਕ ਠਾਕ ਜੀ ਵਧੀਆ ਨਜ਼ਾਰੇ ਭਵਾਨ ਜੀ ਕਿਵੇਂ ਭਵਾਨ ਕਬੱਡੀ ਸੌਖੀ ਲੱਗਦੀ ਆ ਤੇ ਕਿਵੇਂ ਆ ਭਵਾਨ ਜੀ ਕੋਈ ਵੀ ਗੇਮ ਆ ਹਾਂਜੀ ਬਾਹਰੋਂ ਸੌਖੀ ਆ ਵਿੱਚੋਂ ਔਖੀ ਆ ਸਹੀ ਗੱਲ ਆ ਅਸੀਂ ਇਹਦੇ ਵਿੱਚ ਵੜੀਏ ਹਾਂਜੀ ਫਿਰ ਹੀ ਪਤਾ ਲੱਗਦਾ ਵਾ ਤੇ ਬਾਕੀ ਜਿਹੜਾ ਬੰਦਾ ਮਿਹਨਤ ਲਾਉਂਦਾ ਉਹਦੇ ਵਾਸਤੇ ਕੋਈ ਨਹੀਂ ਔਖਾ ਹਾਂਜੀ ਭਵਾਨ ਜੀ ਕਿੰਨਾ ਕੁ ਚਿਰ ਹੋ ਗਿਆ ਵਾ ਭਵਾਨ ਜੀ 7-8 ਸਾਲ ਹੋ ਗਏ 7-8 ਸਾਲ ਹੋ ਗਿਆ ਤੇ ਬਾਹਰ ਖੇਡਣ ਗਏ ਅਜੇ ਤੱਕ ਤੇ ਭਵਾਨ ਜੀ ਸਿੰਗਾਪੁਰ ਮਲੇਸ਼ੀਆ ਗਏ ਸੀ ਠੀਕ ਆ ਤੇ ਐਰ ਕੀ ਵੇਖੋ ਬਾਬਾ ਕਿੱਥੇ ਖੜਦਾ ਠੀਕ ਆ ਗਈ ਹੋ ਚੱਲਦੇ ਜੀ ਗਰਾਊਂਡ ਵੱਲ ਨੂੰ ਬਾਕੀ ਪਲੇਅਰ ਹੋਰ ਦੀ ਸਾਈਡ ਛੜਕਦੇ ਉਹ ਬਾਬਾ ਦੂਰ ਵਾ ਤੇ ਆਪ ਭਲਵਾਨਾਂ ਦੀ ਇੰਟਰਵਿਊ ਕਿਵੇਂ ਲੱਗੀ ਆ ਤੇ ਮਾੜਾ ਕੁ ਜ਼ਰੂਰ ਦੱਸਿਓ ਤੇ ਆਪਾਂ ਚੱਲਦੇ ਆ ਗਰਾਊਂਡ ਵੱਲ ਮੈਚ ਸਟਾਰਟ ਹੋ ਗਏ ਚੱਲੇ ਆ ਆਉਣ ਦੀ ਖੁਸ਼ੀ ਦੇ ਵਿੱਚ ਚੜ੍ਹਦੀ ਕਲਾ ਜਕਾਰਾ ਲਾਵਾਂਗੇ ਹੋਲੇ ਸੋਨਹਾ ਸਾਰੀ ਸੰਗਤ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਆ ਪਈ ਹੋਈ ਕਬੱਡੀ ਖੜਕਾ ਦੜਕਾ ਆ ਖੜਕਾ ਦੜਕਾ ਹੋ ਗਿਆ ਵਧੀਆ ਮਲਕਾ ਕੋਸ਼ਿਸ਼ ਕਰਦਾ ਕੋਟ ਬੁੱਢੇ ਵਾਲਾ ਆ ਚਾਰਾਂ ਦੇ ਵਿੱਚ ਹੁਣ ਦੇਖਾਂਗੇ ਮਲਕੇ ਦੀ ਕੀਤੀ ਹੋਈ ਟਰਾਈ ਹੈ ਤੇ ਪਾਣ ਜਿਹੜਾ ਸਿਕੰਦਰ ਕਬੱਡੀ ਦਾ ਪਹਿਲਾ ਜਹਾਜ਼ ਆਖਿਆ ਗਿਆ ਫਿਰ ਚੋਲਾ ਸਾਹਿਬ ਦੇ ਸੁਖਮਣ ਦੀਆਂ ਗੱਲਾਂ ਪਰ ਹੁਣ ਦੇਖਾਂਗੇ ਆ ਜਹਾਜ਼ਾ ਇੱਦਾਂ ਨਹੀਂ ਇੱਦਾਂ ਨਹੀਂ ਹੁਣ 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 ਲੋਕ ਬੋਲੀਆਂ ਦੀਆਂ ਗੱਲਾਂ ਨੇ ਆਹ ਮੁੰਡਾ ਕਹਿੰਦੇ ਜਲਾਲਪੁਰੀਏ ਪਾਲੇ ਦੇ ਨਾਲ ਪਿਆਰ ਰੱਖਦਾ ਮਾਝੇ ਦੇ ਵਿੱਚ ਥੁੱਕ ਹੈ ਆਹ ਇਸ ਵੇਲੇ ਬਾਪੂ ਇੰਦਰਜੀਤ ਸਿੰਘ ਦਾ ਪੁੱਤਰ ਲੰਮੇ ਸਮੇਂ ਬਾਅਦ ਮਾਝੇ ਦੀ ਧਰਤੀ ਮੈਂ ਪਹਿਲਾਂ ਗੱਲ ਕੀਤੀ ਹੈ ਚੱਪੇ ਚੱਪੇ ਤੇ ਸ਼ਹੀਦਾਂ ਸਿੰਘਾਂ ਦਾ ਖੂਨ ਡੁੱਲਿਆ ਚੱਪੇ ਚੱਪੇ ਤੇ
ਸ਼ਹੀਦਾਂ ਸਿੰਘਾਂ ਦਾ ਵਾਸਾ ਹੈ। ਆਹ ਮੁੰਡਾ ਕਹਿੰਦੇ ਪੱਟੀ ਸ਼ਹਿਰ ਦੀ ਧਰਤੀ ਤੇ ਚੱਲ ਕੇ ਆਇਆ, ਜਿਹੜੀ ਧਰਤੀ ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀਆਂ ਦਾ ਬਹੁਤ ਵੱਡਾ ਇਤਿਹਾਸ ਰਚਿਆ ਹੋਇਆ। ਆਹ ਪਾਈ ਹੋਈ ਕਬੱਡੀ ਇਸ ਵੇਲੇ ਗੋਲੀ ਦੀ ਤੇ ਟੱਕਰ ਦੇਖਾਂਗੇ। ਆਹ ਚੀਮੇ ਪਰਿਵਾਰ ਦਾ ਖਿਡਾਰੀ ਹੈ, ਇਹ ਚੀਮੇ ਪਰਿਵਾਰ ਦਾ ਖਿਡਾਰੀ ਹੈ, ਸਰਦਾਰ ਜੱਜ ਸਿੰਘ ਦਾ ਪੁੱਤਰ ਇਸ ਵੇਲੇ। ਬਹੁਤ ਬਹੁਤ ਧੰਨਵਾਦ ਕਰਦੇ ਇਸ ਨਗਰ ਦੀ ਸਾਊਂਡ ਦਾ, ਮਾਨ ਲਾਈਟ ਐਂਡ ਸਾਊਂਡ ਦੁਨੀਆ ਦੀ ਮੰਨੀ ਪਰਮੰਨੀ ਸਾਊਂਡ ਵਾਲਾ ਫੇਰ ਫੇਰ ਕੋਟ ਵੱਡੇ ਦੀ ਧਰਤੀ ਦਾ। ਆਹ ਇਸ ਵੇਲੇ ਨਾਜਣ ਦਾ ਭੰਗਾਲਾ ਪਿੰਡ ਹੈ ਖੇਡ ਰਿਹਾ ਕੋਟ ਵੱਡੇ ਵੱਲੋਂ, ਪੱਕੇ ਤੌਰ ਤੇ ਕਹਿੰਦੇ ਕਾਕੇ ਕੁਝ ਨੇ। ਆਹ ਮੁੰਡੇ ਨੂੰ ਮਿਹਨਤ ਲਵਾਈਆਂ, ਆਉਣ ਵਾਲੇ ਸਮੇਂ ਦਾ ਪ੍ਰਸਿੱਧ ਜਾਫੀ ਹੈ। ਆਹ ਚੀਮਾ ਚੀਮਾ ਕਹਿੰਦੀ ਦੁਨੀਆ ਆਈਡਲ ਮੰਨਦੀ ਯਾਰਾਂ ਨੂੰ, ਆਤਮਾ ਦੀ ਕਿਰਪਾ ਦੇ ਨਾਲ ਲਹਿੰਦੇ ਪੰਜਾਬ ਦੇ ਵਿੱਚ ਵੀ ਦੁਨੀਆ ਨੇ ਚਾਹੀ ਹੈ ਕਾਕਾ ਕੋਜੀ ਕੋਟ ਵੱਡੇ ਵਾਲਿਆਂ ਨੇ। ਆਹ ਸਾਹਮਣੇ ਇਸ ਵੇਲੇ ਨਿਸ਼ਾਨ ਦੀ ਕਬੱਡੀ ਅੱਟੀ ਸ਼ਹਿਰ ਵਾਲਾ ਬਲਜੀਤ, ਜਿਹਨੇ ਜੱਗ ਜਿੱਤਣ ਦਾ ਦੁਨੀਆ ਜਿੱਤਣ ਦਾ ਸੁਪਨਾ ਦੇਖਿਆ ਸੀਗਾ, ਫਿਰ ਇੱਕ ਆਹ ਸਿਕੰਦਰ ਹੈ ਇਹਨੇ ਦਿਲ ਜਿੱਤਣ ਦਾ ਸੁਪਨਾ ਦੇਖਿਆ ਹੈ। ਇਹਨੇ ਦਰਸ਼ਕਾਂ ਨੇ ਦਿਲ ਜਿੱਤਣੇ ਹੈ, ਇੱਕ ਨੇ ਦੁਨੀਆ ਜਿੱਤਣੀ ਸੀਗੀ। ਆਹ ਸਾਹਮਣੇ ਇਸ ਵੇਲੇ ਇਹ ਚੱਬੇ ਵਾਲਾ ਗੁਲਾਬ ਇਹ ਦਿਲ ਜਿੱਤੀ ਬੈਠਾ ਹੈ, ਇਹ ਦਿਲ ਜਿੱਤੀ ਬੈਠਾ ਹੈ। ਬਈ ਜਿਹੜੀ ਜਿਹਨੂੰ ਗੁਲਾਬ ਦੇ ਜੱਫੇ ਵਧੀਆ ਲੱਗਦੇ ਤਾੜੀਆਂ ਮਾਰ ਦਿਓ ਚੱਬੇ ਵਾਲੇ ਦੇ ਲਈ। ਤੇ ਬਣਿਆ ਬੜਾ ਸੁੰਦਰ ਜਿਹੜੀ ਧਰਤੀ ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਸੀਸ ਜਿਹੜਾ ਧਰਤੀ ਨਾਲੋਂ ਅਲੱਗ ਹੋਇਆ ਸੀਗਾ। ਵਾਹ ਵੀ ਨੌਜਵਾਨ ਸਰਹਾਲੀ ਸਾਹਿਬ ਵਾਲੇ ਹੈ ਹੋਏ ਮਹਾਂਪੁਰਸ਼ ਸ਼੍ਰੀ ਮਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਜਿਹਨਾਂ ਨੇ ਆਹ ਬੋਲਾਂ ਨੂੰ ਆਹ ਖੇਡ ਨੂੰ ਕਰੋੜਾਂ ਦੇ ਵਿੱਚ ਬਦਲ ਦਿੱਤਾ ਹੈ। ਆਹ ਲੁੱਧਰ ਇਸ ਵੇਲੇ ਉਸੇ ਗਰਾਊਂਡ ਦੇ ਵਿੱਚੋਂ ਨੌਜਵਾਨ ਉੱਠ ਕੇ ਮਾਡੀ ਪਾ ਰਿਹਾ ਹੈ, ਗੁੜ ਤੇ ਬੰਨਿਆ ਚਿੱਟਾ ਰੁਮਾਲ, ਮੁੰਡੇ ਦੀ ਸ਼ਾਨ ਵਿੱਚ ਵਾਧਾ ਕਰਦਾ ਹੈ ਕਿ ਕੱਦ ਨਾਲੋਂ ਉੱਚੇ ਕਿਰਦਾਰ ਨਹੀਂ ਉਹ ਮਿਲਦੇ, ਮੇਲਿਆਂ 'ਚ ਮੁੱਲ ਸਰਦਾਰ ਨਹੀਂ ਉਹ ਮਿਲਦੇ, ਕੱਦ ਨਾਲੋਂ ਉੱਚੇ ਕਿਰਦਾਰ ਨਹੀਂ ਉਹ ਮਿਲਦੇ। ਆਹ ਸਾਹਮਣੇ ਇਸ ਵੇਲੇ ਪਾਣੀ ਵੀ ਜਿਹੜਾ ਰਿੰਦਰ ਨੇ ਉਸਤਾਦ ਬੂਟਾ ਉਮਰੀਆਂ ਨਾਲ ਜਿਹੜਾ ਮੇਰੀ ਬੇਨਤੀ ਹੈ ਉਹ ਵੀ ਸੰਗਤਾਂ ਦੇ ਦਰਸ਼ਨ ਕਰਨਗੇ, ਬੋਲਾਂ ਦੇ ਨਾਲ ਸਾਂਝ ਪਾਉਣਗੇ, ਬੋਲਾਂ ਦੀ ਹਾਜ਼ਰੀ ਪਾਉਣਗੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਗਿਆਨ ਧਿਆਨ ਕਿਸ਼ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਭ ਗੁਰੂ ਨਾਨਕ। ਜਿਹੜਾ ਦੂਸਰਾ ਭੋਰੇ ਗੋਨੇ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ, ਸਿੱਖ ਇਤਿਹਾਸ ਦੇ ਵਿੱਚ ਬਹੁਤ ਤੇ ਮਾਨ ਹੈ ਇਸ ਇਲਾਕੇ ਨੂੰ ਭੋਰੇ ਗੋਨੇ ਨਗਰ ਦੇ ਉੱਪਰ। ਔਰ ਵੱਡਾ ਮੇਲਾ ਚੱਲ ਰਿਹਾ, ਦੂਸਰਾ ਕਬੱਡੀ ਦਾ ਇੱਕ ਕੱਪ ਹੈ। ਮੈਂ ਸਾਰੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਜਿਹਨਾਂ ਦੀ ਬਦੌਲਤ ਤੇ ਅੱਜ ਦਾ ਵੱਡਾ ਖੇਡ ਮੇਲਾ ਚੱਲ ਰਿਹਾ ਹੈ, ਤੇ ਕਬੱਡੀ ਦੇ ਰਹਿਨਮਾ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਸ਼ ਘਰਿਆਲੇ ਵਾਲੇ, ਜਿਹਨਾਂ ਦੀ ਭਰਮੀ ਹਾਜ਼ਰੀ ਅੱਜ ਦੇ ਮੇਲੇ ਤੇ ਹੈ, ਤੇ ਸਤਿਕਾਰ ਕਰਦੇ ਆਪਾਂ ਸ਼੍ਰੀ ਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲਾ ਵਾਲੇ ਵੀ ਚੇਚੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਹੋਏ ਹੈ। ਮੈਂ ਸਾਰੇ ਨਗਰ ਦੇ ਸਤਿਕਾਰ ਜੋ ਵੀਰਾਂ ਦਾ ਧੰਨਵਾਦ ਕਰਦਾ ਹੈ। ਬਹੁਤ ਵਧੀਆ ਰੇਂਦਰੇ ਇਸ ਧਰਤੀ ਨੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਖੇਡ ਕਬੱਡੀ ਦੀ ਝੋਲੀ ਪਾਇਆ ਹੈ। ਉਹ ਕੌਣ ਹੈ? ਉਹ ਗਿੱਧਾ ਹੈ ਭੋਰਿਆਂ ਵਾਲਾ, ਸੁੱਖੇ ਵਰਗੇ ਵੱਡੇ ਮੱਲ ਮੇਰੇ ਮਿੱਤਰੋ। ਇੱਕ ਵਾਰੀ ਸਾਰੇ ਮਿਲਿਆਂ ਦੇ ਨਾਲ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ। ਆਹ ਨੌਜਵਾਨ ਕਹਿੰਦੇ ਗੁਰਜੀਤ, ਉਹ ਦੁਨੀਆ ਦਾ ਸਟਾਰ ਬਣ ਗਿਆ। ਇਹ ਲੁੱਧਰ ਹੈ ਨੌਜਵਾਨ ਪਟਿਆਲੇ ਵਾਲਾ, ਘਰਿਆਲੇ ਦੇ ਲਈ ਖੇਡਦਾ ਹੈ। ਇੱਕ ਕਹਿੰਦੀ ਤੇ ਜੱਸਾ ਪੱਟੀ ਵਾਲਾ ਹੈ, ਉਧਰਲੇ ਬੰਨੇ ਭੰਗਾਲੇ ਵਾਲਾ ਗੱਭਰੂ ਕੋਸ਼ਿਸ਼ ਕਰ ਰਿਹਾ ਪੰਤ ਬਾਬਾ ਬਿਧੀ ਚੰਦ ਸਾਹਿਬ। ਔਰ ਕਹਿੰਦੇ ਜਦੋਂ ਗੱਲ ਚੱਲਦੀ ਹੈ ਬਾਰਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਦੇ ਦਰਕਾਂ ਦੇ ਵਿੱਚ ਸੇਵਾ ਨਾਲ ਸੇਵਾ ਕਰਦੇ ਆ। ਆਹ ਗੱਭਰੂ ਕਹਿੰਦੇ ਜੰਗੀ ਜਹਾਜ਼ ਹੈ, ਇੱਕ ਬੰਨੇ ਕਹਿੰਦੇ ਬਲਜੀਤ ਹੈ ਪੱਟੀ ਦੀ ਧਰਤੀ ਦਾ, ਹਰਸ਼ ਹੈ ਸਰਹਾਲੀ ਵਾਲਾ। ਆਹ ਜੰਗੀ 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 ਬਲਜੀਤ ਫਾੜ, ਉਹ ਜੰਗੀ ਲੈਂਡ ਕਰਦੇ, ਉਹ ਬੱਲੇ 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 ਕਬੱਡੀ 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 ਤੇ ਨੰਬਰ ਜੰਗੀ ਜਹਾਜ਼ ਨੇ ਆਪਣੀ ਟੀਮ ਦੇ ਸਹਿਯੋਗ ਕਬੱਡੀ ਭਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਸਿਕੰਦਰ ਦੀ ਪਾਈ ਹੋਈ ਕਬੱਡੀ ਹੈ, ਕਬੱਡੀ ਵਾਲਾ ਪੁਆਇੰਟ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ। ਤਾਂ ਉਸ ਸਾਹਮਣੇ ਜਗਰਾਜ ਸਿੰਘ ਤੂਫਾਨ ਕਬੱਡੀ ਭਾ ਰਿਹਾ ਹੈ ਕਿ ਕੰਬਣੀ ਸ਼ਰਦੀ ਅਰਸ਼ ਦੇ ਤਾਰਿਆਂ ਨੂੰ ਜਦੋਂ ਵਰਕਾ ਕੇ ਇਤਿਹਾਸ ਦਾ ਖੁੱਲ ਜਾਂਦਾ ਹੈ, ਉਸ ਧਰਤੀ ਨੂੰ ਲੋਕੀ ਪੂਜਦੇ ਨੇ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਹੈ, ਉਸ ਧਰਤੀ ਨੂੰ ਲੋਕੀ ਪੂਜਦੇ ਨੇ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ। ਇਹ ਕਹਿੰਦੇ ਚੜ੍ਹਤ ਦੇ ਪਿੰਡ ਦਾ ਖਿਡਾਰੀ, ਚੜ੍ਹਤ ਵੀ ਕਬੱਡੀ ਖੇਡਦਾ ਖੇਡਦਾ ਨੌਜਵਾਨ ਕਤਰ ਦੇ ਵਿੱਚ ਸੈਟਲ ਹੋ ਗਿਆ ਪਰਮਾਤਮਾ ਦੀ ਕਿਰਪਾ ਦੇ ਸਦਕਾ। ਆਹ ਇਸ ਲਈ ਉਹਨਾਂ ਦਾ ਪਿੰਡ ਨੂੰ ਕਬੱਡੀ ਭਾ ਰਿਹਾ ਹੈ।
गोली की पाई हुई कबड्डी है। मक्खन न्यूजीलैंड सैटल हो गया है। आओ सामने इस वे गोली ने अंक का वाधा कर दिता अपनी टीम प्रिंस टोटिया वाला रेड पाउंड के लिए वाधा। टोटिया की टीम पहलिया तो बल्ले बल्ले करवाई आ रही है। पिंड पद्धर ऊपर घड़के की चर्चा रही है या दूजा कबड्डी कप चल रहा है। उन्होंने भी धन्यवाद है। उधर सरकार के योग एस पी ओ साहब साढ़े सरदार जसविंदर सिंह जी उन्होंने भी धन्यवाद है। मनदीप गिल कप करवाने दिन रात एक किया उन्होंने सारे भ्रावों का जिक्र करते जावे। ये पहला मुकाबला कलेर साहब आओ दूजा तीजा पांचवा छेवा आओ सत गेंद मुकाबले धरती से खेले जाएंगे। सारे सरकार जो वीर पुजते जा रहे हैं सारे का धन्यवाद करांगे जिहड़े वीर ने वड्डी सेवा की अज के मेले वड्डी कहिंदे वड्डा मेरी आवाज नूं सुन रही है। आओ सामने इस वेले चंगी जहाज कबड्डी पा रहा है। पट्टी शहर वाले जी आ डकता ते मेला नज उठना है, मेला गूंज उठना है। आओ सरहारी वाला ए पल्ले 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 आओ कबड्डी भूरे कोने दे वड्डा मेला चलदा है। इत्थे रख भी सरहारी वाले है, इत्थे रख भी सरहारी वाले है। आओ पल्ले पल्ले हो जानी है। आओ पल्ले 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 चंगी जहाज आओ ढकिया गया मेरे मित्रों। आज टीम प्रबंध कमेटी के सरकार जो वीर ने साडे सरदार दया सिंह जी कैप्टन सिंह गिल साहब जी का धन्यवाद है। बिकर सिंह जी मेंबर बलराज सिंह जी साडे सरकार जोग ने। उधर कौन है मेरे मित्रों ये कहते नौजवान जलाब है चब्बे की धरती का ठेकेदार रणजीत सिंह जी ध्यान सिंह जी ठेकेदार चरणजीत सिंह जी फौजी चमकौर सिंह जी गिल जसविंदर सिंह जी साडे सरकार जोग डी जी पी पंजाब साहब और सरकार जोग पी एस ओ साहब का धन्यवाद करते हैं। निशान सिंह जी फौजी साढ़े मनमोहन लाल जी गुरसाहब सिंह जी साढ़े सरकार जोग शिंदर सिंह उरे बैठा है और कोई परवाह नहीं। आओ कबड्डी पैरी एक बने गुरजीत का वीर हरजीत आओ टक्कर सिरे दी टोटियां वाला मेरे मित्रों इन्होंने खून च कबड्डी है इन्होंने घर च कबड्डी है। आओ थानेदार का पुत्र पटियाले कोटपुटे वाले जस्से दे नाल है पॉइंट जिहड़ा इस वेले रेडर ने अपने संत बाबा अवतार सिंह जी घरियाले वाले संत बाबा जसवंत सिंह जी सोढ़ी उन्होंने चढ़ती कला दे लई पुजदा करदे है। विशेष तौर पर धन्यवाद। आओ सामने पाई हुई कबड्डी दूरिया दूरिया पाउन लग पिया जसा कहिंदा ऐ किवें पाजू पर उतले बने चेचे तौर ते पुज्जिया इहदे फादर साहब किसानी संघर्ष दे वड्डे योधे ने मेरे वीरो इंद्रजीत सिंह जी संघर्ष कमेटी के प्रधान का बेटा। आओ सामने कहते कोट बुड्डे वाले जगराज की पाई हुई रेड पट्टी वाले चार ने मैनू लगता सारा टब्बर पै गया। आओ नंबर दी टीम कृपा करके अपने आप ग्राउंड आ जाए बेनती है। सोर सिंह वर्सिज राजो के जिहड़ा दूसरा मुकाबला खेडे जाणा सुर सिंह वर्सिज राजू के इन्हां टीमों नूं मेरी बेनती है समय सिर आ जाण। लाओ गोली दी कबड्डी टक्कर टक्कर आओ जस्से दे नाल है एक कोटबुटे दी धरती दा आओ वट कढ़ी आउंदा है आओ वट कढ़ी आउंदा है। ये माझे वाला है ते माझे वाले दी पिट्ठ सुणदी है ये जिहदे नाल खड़ जांदे है फिर पैर पिछे दी आ गया मेरे वीरो हरियाणे वाले लुधर की रेड पै रही है चार त्यार ने हम देखा गुलाब चब्बे की धरती का मन्ने सरपंच दे पिंडा दा मुंडा नाल कहिंदे कोटपुटे वाला जस्सा मेरे मित्रों आ टक्कर सिरे दी है। हुण लगदा भी नंबरां दी जिहड़ी सूची पिट पिछे सिफतां हुंदियां ता ही सिफतां हुंदियां। आ इस वेले टोटियां वाला वी और कहिंदे वड्डा यादगारी मेला चल रहा है आ चोटी दा मैच चलदा संत करतार सिंह जी पिंडरां वाले महापुरशां दा नगर है महापुरश बाबा अवतार सिंह जी घरियाले वाले फिर कबड्डी दे मसीहा बैठे है। इधर बलजीत है पट्टी शहर वाला मेरे मित्रों लाओ जफा लगदा जो चोटी का मैच चलता है। उधर चब्बे वाला कहिंदा आ जा फरमासी का पुत्ता दिना मल के बाजदा आओ कल्ला ही आओ जुड़े ने बने चिट्टा रुमाल छाण वाधा कर रहे हैं। हुण देखांगे हरजीत पट्टी वाला हरजीत आस्ट्रेलिया वाला
कबड्डी अम्मा जया भी उल्ट खेडना पै जाता है। सिकंदर ने तगड़े कदम कर दिता है। वीर का भी चेचे तौर पर धन्यवाद है। जेडे वीर ने पहला प्राइज देना है आप उन्होंने भी जिक्र करा गे। साडा वीर अज के मेले से कहते बूटा फौजी भरा है साडा कबड्डी खिलाड़ी है वह देसी घे पीपे ने सम्मान किया जाएगा। दूजे मैच दिन टीमों मेरी सत्कार सहित बेनती है भी बिना देरी दे टीम जीडिया ग्राउंड आ जाए दूजे मैच दिया। हरमन ने तगड़ा पॉइंट अपनी टीम के खाते जोड़ दिता सुर जोड़ के पाँदा है ना लुद्र पटियाले वाला पर माझे का सरीके इस करके उस्ताद जी ने घरियाले वाला आख्या ना लुद्र घरियाले वाला कबड्डी पाने लिए मजा होया है। फिर गुलाब सिंह की की हुई कोशिश है फिर मैदान के पॉइंट भी कहते चब्बे वाले गुलाब ने अपनी टीम के खाते जोड़ दिता है। हाँ भी नौजवान है ये जंटी का वीर पॉइंट का अगले मुकाबले दीम राजोके वर्स सुर सिंह ये टीम जल्द ग्राउंड में आ जा बेनती है। इन्होंने टीमों जगराज सिंह तूफान नौजवान इसलिए कोट बड्डे वाला पॉइंट जुड़ गया अपनी टीम के लिए। मैं पहला गल की कि यूनान का शासक सिकंदर जिन्हें दुनिया जितने का दम रखिया से दुनिया जितने का सुपना लिया पर एक आ सिकंदर है पट्टी शहर वाला पर सामने आओ सुख भंगाले वाले टक्कर आओ बावी नौजवान तगड़ा पॉइंट इसलिए सुख ने अपनी टीम के खाते जो उत्तर खेड रहे हैं। आओ हरजीत सिंह हो मूहरे ये दर्शक जानते हैं मुंडा कबड्डी इश्क करता है कबड्डी प्यार करता है ता ही आस्ट्रेलिया तो सीजन खेडन के लिए आया। आओ बलजीत पट्टी वाला मेरे मित्रों टीमों सरकार सहित बेनती है भी दोवे टीम मैदान के कमांडर साहब जी लिस्ट हैगी टीमों की प्लीज साढ़े को पहुंचती कर दौ फौजी साहब बड़े भाई जी के को लैसट है कृपा करके टीम की पहुंचती कर दौ। एक बने जस्सा है कोटपुटे की धरती का चेंज हो गया उस तरह कहते मुकाबले सिरे के होंगे जाएंगे सारी रब रूपी संगत का चेचे तौर पर धनवाद बच्चे बजुर्गों का जेडे अज के मेले का आनंद माण रहे हैं सारे सरकार जो वीर ने साढ़े उधरले बने कहते नौजवान अर्श है सरेहाली की धरती का प्रिंस है ढोटिया वाला सरेहाली ढोटी है पिंड लागे लागे करके मेरे मित्रों दोवे पिंड कबड्डी की बाबा जसवंत सिंह जी तारा सिंह जी महापुरशा की और जो गल चलती है संप्रदायिक मुखी श्रीमान संत बाबा ढोला सिंह जी आ गुलाब सिंह हो जा मूहरे जा कहते राजन नो आ मुंडा फरियाद वांगड़ा बड़ा तकनीकी है बड़ा तेज है पर नंबर जिहड़ा इस वेले पुत्र ने उन्होंने परिवार वालों भीम पूरा ते नाल मक्खन कतर पूरा महापुरशा की चढ़ती कला के लिए बहुत बड़ा प्यार आशीर्वाद पहुंचा करते धन्यवाद है। आ जगराज सिंह कबड्डी भार है आओ जगराज से कहते पट्टी का हरजीत मेरे मित्रों लाओ जफा कहते बल्ले 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 आओ कहते जगराज कोट बुड्डे वाला भारे शरीर में वजदियां तारा फड़दे पैर ये भी मुंडा कहते सरे सरे दियां रीढ़ां अज्ते मेले से अमृत के चर्चे होने हैं अज्ते मेले से दुनिया के स्टार जाफी मां मनजीत कौर के पुत्र दियां गल्लां अज्ते मेले से होणगियां घोड़िया वाले गिंदर दियां धन्यवाद करांगे भरावां दा अज्ज के मेले से कहते सिरे सिरे के मल रणजीत भुल्लर होना का चेचे तौर पर धन्यवाद है। आओ पट्टी वाला बलजीत ते प्रिंस मेरे मित्रों ए लगता हुआ जोर एक चोटी का मैच चलता आओ धूड़ा उड गई पटाके पै गए आओ नंबर की खातर गभरू खह गए और वाला भावे एक दो जफे लगे समया और जफे किनू नहीं लगे और रेडर किड़े जाफी तो नहीं भजे आओ टक्कर सिरे की लुद्र राजकोट बुड्डे वाला वरिंदर करी गल आओ जगराज सिंह इस वे सरदार इंद्रजीत सिंह का पुत्र कबड्डी पाने के लिए बढ़िया होया है खेड के मैदान किसानी संघर्ष के बड़ा बड़ा रोल अदा किया है इस परिवार ने आओ सामने इस वे पॉइंट भी अपनी टीम के खाते जोड़ दिता है जिवें बड़े भरा मनदीप गिल उसे कहिंदे उसे कमाई के नाल उसे सेवा के नाल जिन्हां परिवारों ने सेवा की है किसानी संघर्ष के फिर जाके जित मिली है। धन साहब श्री गुरु नानक देव जी महाराज उन्होंने लंगर की जित हुई है ना अमृत कबड्डी भार है अमृत की रेड से फिर सिंह जी गिल रिसाल सिंह जी साढ़े वीर ते गुरप्रीत राजविंदर सिंह जी ते साढ़े सरकार युग कावर राज शर्मा जी ते नाल बिट्टू मिस्त्री उन्होंने भी बहुत बहुत धन्यवाद करते हैं सारे सरकार। एक मैच पच्ची छब्बी सताई सताई रेडा पाउण दा दम रखदा है जिवें दंगाल वाले बिट्टू ने एक मैच 13 जफे ला के
वड्डे रिकॉर्ड पैदा कीते आ मेरे मित्रों। आ नौजवान खेड मैदान विच उस इलाके दा खिडारी है, एक बंदे नौजवान भंडाले वाला कोशिश करदा बोलिया कबड्डी दी दुनिया विच जिद्दां समां चलिया उस समय दा कबड्डी दे महान खिडारी कबड्डी दी दुनिया दे विच आए है। आ मुंडा आस्ट्रेलिया तों खेड रहा है, आस्ट्रेलिया दा सीजन वी कहिंदे जोर ते चलदा। आ कबड्डी जिवें वड्डी होई मेरे मित्रों, आ दा छोटा भाई कई बार प्रमाण दे लई मेरे मित्रों ओ तुहाडियां हल्ला शेरियां अज दे मेले ते कहिंदे ਘਰਿਆਲੇ ਵਾਲਾ ਬੱਕੂਗਾ। ਆਹ ਕਹਿੰਦੇ ਗੁਲਾਮ ਚੱਬੇ ਦੀ ਧਰਤੀ ਦਾ ਜਾਂ ਕੋਟਪੁੱਟੇ ਦਾ ਜੱਸਾ ਮੇਰੇ ਮਿੱਤਰੋ ਘਰਿਆਲੇ ਵਾਲਾ ਇਹ ਕਰਾਊ ਬੱਲੇ ਬੱਲੇ ਕਰਾਊ ਬੱਲੇ ਬੱਲੇ ਕਰਾਊ ਬੱਲੇ ਬੱਲੇ ਉਹ ਘਰਾਲੇ ਮੁੰਡਿਆ ਬਹਿ ਜਾ ਉਹ ਘਰਾਲੇ ਮੁੰਡਿਆ ਬੱਲੇ। ਸਿੰਘ ਦੀ ਟੀਮ ਦੇ ਵੀ ਕੁਝ ਖਿਡਾਰੀ ਆ ਗਏ ਹੈ, ਖਿਡਾਰੀ ਵੀ ਜਲਦੀ ਦੇ ਨਾਲ ਆ ਜਾਣ। ਲਓ ਨਿਸ਼ਾਨ ਨੇ ਕਬੱਡੀ ਪਾ ਦਿੱਤੀ ਹੈ ਮਾਝੇ ਦੇ ਵਿੱਚੋਂ ਸਭ ਤੋਂ ਨੌਜਵਾਨ ਨੇ ਜੱਫੇ ਲਾ ਕੇ ਦੁਨੀਆ ਨੇ ਚਾਹੀ ਹੈ ਤੇ ਚੈਂਪੀਅਨ ਖਿਡਾਰੀ ਬਣਿਆ आकाश फतेह सांझी कर भी दुनिया के नाल सुर संगिया पुज गया ताड़िया मार दो जोरदार नौजवान के लिए उम्र नहीं छुट्टिया के कारनामे बाकी बड़े हैं नौजवान दुनिया उस धरती से प्लेयर खेडना चाहते हैं बाबा जी पर मुंडा छोटी उम्र का उस धरती तो चैंपियन खिलाड़ी बनया है। और गल चलिया मक्खन संधु मक्खी कलां वाले दियाँ जिहड़ा महापुरशां का चंडा खिलाड़ी इस सीजन आस्ट्रेलिया भी दुनिया ने चाह है, कनेडा भी दुनिया ने चाहेगा। और जगराज की रेड पॉइंट भी इसलिए जगराज सिंह और मक्खन पट्टी के चर्चे आस्ट्रेलिया के जा वसे है। कैरो वाला गल्ला गोपी दियां महापुरशां दे आशीर्वाद सदका वह भी मुंडा आस्ट्रेलिया दे विच है ते मक्खण संधु भी कहिंदे आस्ट्रेलिया ते धुम्मा पा रहा है। आने वाले दिनों विच कनेडा ते वड्डे चर्चे दुनिया के वख-वख मुल्कां दे विच। शिया भवान जी भवाना फिर टीम जित गई अज फिर है ते मैं खेलना वा आप उन्हें पक्का ढाडे लो खेड मुंडा ठीक है मान है वीर ते पक्का अपना दे निक्की वड्डी कोई नहीं छड़नी अमरतवीर इस नगर आने वाले टाइम तेरे नाल खड़ सकिए साडे भरा कमेटियां खड़ सकन बहुत बहुत धन्यवाद। हरिंदर दुल्ले दी रेड पै रही है सरदार पुजी है बहुत बहुत धन्यवाद करते वीर का साडे छोटे टीडी राही और सुखा साडा वीर रुड़के वाला वडीला तो उन्होंने 10,000 रुपया भरा की हेल्प लई पुजदा करना बहुत बहुत धन्यवाद करते उन्होंने वीर का। भाई जल्दी ना चौथे मैच दी टीमां वो ग्राउंड के आ जाएंगे अज के मेले से कट्ठा आया 10,000 रुपया सुखा रुड़का 22,000 5,000 रुपया साडे वीर हैप्पी यूके कुल मिला के रणजीत सिंह जी संधु की याद में कुल मिला के 30,000 रुपया ढिलो साहब अज के मेले से कट्ठा आया है ते बलटवा साहब कुल मिला के 1,00,000 रुपया ये नौजवान के प्रेषण के लिए लगना है ते 70,000 रुपया होर आपां वीर नूं माली मदद वजों कट्ठा करके देना है। मेरी एनआरई वीरां नूं बेनती है कृपा करके जिहड़े लाइव जुड़े हैं क्योंकि ताडे 10-20 ताडा 100-200 साडे लई लखां वर्गा होगा। जिहड़े माझे दे एनआरई वीर आ चाहे आस्ट्रेलिया चाहे अमरीका कनेडा जिथे भी तुसीं माझे वाले बैठे हो भरा आपां थम बन के खड़ जाईए सिर्फ 70,000 रुपये की गल है 70,000 रुपया आपां इह भरा नूं होर कट्ठा करके देना है ਤੁਹਾਡੀ ਇਸ ਮਦਦ ਦੇ ਨਾਲ ਇਹਦਾ ਆਪਰੇਸ਼ਨ ਹੋ ਜਾਵੇਗਾ ਇਹ ਮੁੰਡੇ ਦੀ ਜ਼ਿੰਦਗੀ ਬਣ ਜਾਵੇਗੀ। ਔਰ ਇਹ ਤੋਂ ਵੱਡਾ ਕੋਈ ਦਾਨ ਨਹੀਂਗਾ ਜਦੋਂ ਆਪਾਂ ਕਿਸੇ ਦੀ ਹੈਲਪ ਲਈ ਖੜਦੇ ਆ ਜਦੋਂ ਗੱਲ ਜ਼ਿੰਦਗੀ ਦੀ ਹੋਵੇ ਗੱਲ ਫਿਊਚਰ ਦੀ ਹੋਵੇ ਸਮਿਆ ਉਦੋਂ ਖੜ ਜਾਣਾ ਚਾਹੀਦਾ। ਔਰ ਮੈਂ ਵੀ ਨੌਜਵਾਨ ਜੋਬਨ ਔਰ 2-4 ਫੋਨ ਆ ਗਏ ਤੇ 2-4 ਹੋਰ ਆ ਜਾਣੇ ਆ। 70 ਰਾਣੀ ਬਲਾ ਦੇ ਟੀਮ ਦੇ ਖਿਡਾਰੀਆਂ ਨੂੰ ਬੇਨਤੀ ਹੈ ਬਾਈ ਸੂਰ ਸਿੰਘ ਦੀ ਟੀਮ ਲਗਭਗ 10 ਮਿੰਟ ਹੋ ਗਿਆ ਪ੍ਰੋਪਰ ਰਣ ਕੇ ਖੜੀ ਹੈ। रैफरी साहबाना का